ਤਰਨਤਾਰਨ ਸੀਆਈਏ ਤੇ ਸਦਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ। ਪੁਲਿਸ ਨੇ ਸੁਨਿਆਰੇ ਤੋਂ ਫਿਰੌਤੀ ਮੰਗਣ ਵਾਲੇ ਦੋ ਗੈਂਗਸਟਰ ਕੀਤੇ ਕਾਬੂ। ਅੱਤਵਾਦੀ ਲਖਬੀਰ ਸਿੰਘ ਲੰਡਾ ਤੇ ਸਤਨਾਮ ਸੱਤਾ ਲਈ ਕਰਦੇ ਸਨ ਕੰਮ। ਅੱਜ ਤਰਨ ਤਾਰਨ ਸੀਆਈਏ ਤੇ ਸਦਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਅੱਤਵਾਦੀ ਲਖਬੀਰ ਸਿੰਘ ਲੰਡਾ ਅਤੇ ਸਤਨਾਮ ਸੱਤਾ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਤਰਨ ਤਾਰਨ ਦੇ ਇੱਕ ਸੁਨਿਆਰੇ ਤੋਂ ਸਤਨਾਮ ਸੱਤਾ ਨੇ 10 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਸੁਨਿਆਰੇ ਵੱਲੋਂ ਫਿਰੌਤੀ ਨਾ ਦੇਣ ਤੋਂ ਬਾਅਦ ਸਤਨਾਮ ਸੱਤਾ ਨੇ ਆਪਣੇ ਗੁੰਡੇ ਰਾਹੀਂ ਮਾਰਚ ਮਹੀਨੇ ਉਸ ਦੀ ਦੁਕਾਨ 'ਤੇ ਗੋਲੀਆਂ ਚਲਵਾ ਦਿੱਤੀਆਂ ਸੀ, ਜਿਸ ਤੋਂ ਬਾਅਦ ਪੁਲਿਸ ਲਗਾਤਾਰ ਇਹਨਾਂ ਦੋਸ਼ੀਆਂ ਦੀ ਭਾਲ ਕਰ ਰਹੀ ਸੀ। ਹੁਣ ਇਹ ਦੋਸ਼ੀ ਪੁਲਿਸ ਦੇ ਹੱਥੇ ਚੜ੍ਹੇ ਨੇ। ਇਸ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਮੁਲਜ਼ਮਾਂ ਵਿੱਚੋਂ ਗੁਰਲਾਲ ਕੁਝ ਮਹੀਨੇ ਪਹਿਲਾਂ ਹੀ ਵਿਦੇਸ਼ ਤੋਂ ਪਰਤਿਆ ਸੀ। ਫੜੇ ਗਏ ਮੁਲਜ਼ਮਾਂ ਵਿੱਚ ਅੰਮ੍ਰਿਤਸਰ ਦੇ ਪਿੰਡ ਵਰਪਾਲ ਦੇ ਵਾਸੀ ਨਵਰਾਜ ਸਿੰਘ ਤੇ ਗੁਰਲਾਲ ਸਿੰਘ ਸ਼ਾਮਿਲ ਸਨ। ਇਹਦੇ 'ਚ ਇੱਦਾਂ ਜੀ ਕਿ ਜਿਵੇਂ ਫਰੌਤੀਆਂ ਫਰੂਤੀਆਂ ਮੰਗਦੇ ਤੇ ਇੱਦਾਂ ਹੀ ਇਹਨਾਂ ਨੇ ਇੱਕ ਫਰੌਤੀ ਪਹਿਲੇ ਮੰਗੀ ਸੀਗੀ ਜੱਸਲ ਨੇ। ਜੱਸਲ ਨੇ ਫਰੌਤੀ ਮੰਗੀ ਸੀ, ਉਹਦੀ ਮਾਂ ਗਹਿਣੇ ਗੁਣੇ ਬਣਾਉਂਦੀ ਸੀ ਕਿ ਜਸਬੀਰ ਹੈਗਾ ਜੱਸੀ ਪੰਡੂਰੀ ਗੋਲੇ ਦਾ ਸੁਨਿਆਰਾ, ਉਹਦੇ ਤੋਂ ਫਰੌਤੀ ਮੰਗੀ ਸੀ 10 ਲੱਖ ਰੁਪਏ ਦੀ। ਉਹਨੇ ਬਾਅਦ 'ਚ ਲਾਂਭਾ ਲੂੰਬਾ ਦੇ ਦਿੱਤਾ ਸੀਗਾ ਉਹਦੀ ਮਦਰ ਨੂੰ, ਤਾਂ ਫਿਰ ਉਹ ਹਟ ਗਿਆ। ਅੱਗੋਂ ਫਿਰ ਸੱਤੇ ਨੂੰ 10 ਪਾਤੀ ਉਹਨੇ, ਸੱਤੇ ਨੇ ਜਿਹੜਾ ਗਰੁੱਪ ਦਾ ਇਹ ਸਾਰਾ ਵਿੱਚ ਸਾਂਝੀ ਹੈਗੇ ਆ, ਤਾਂ ਉਹਨੇ ਇਹਨੂੰ ਕਹਿਤਾ ਹੋਣਾ, ਉਹਨੇ ਸੱਤੇ ਨੇ ਜਿਹੜਾ ਹੈਗਾ ਇਹਨੂੰ ਥਰੈਟ ਕੀਤੀ ਸੀ ਵੀ 10 ਤੋਲੇ ਸੋਨਾ ਅਤੇ 10 ਲੱਖ ਰੁਪਈਆ ਦਿਓ। ਇਹਨੇ ਨਹੀਂ ਦਿੱਤਾ, ਨਹੀਂ ਗੱਲ ਵਾਲੀ। ਉਸ ਤੋਂ ਬਾਅਦ ਉਹਨੇ ਜਿਹੜੇ ਬੰਦੇ ਆ ਭੇਜਤੇ, ਉਹ ਜਿਹੜੇ ਗੋਲੀ ਚਲਾ ਗਏ। ਉਦੋਂ ਨਹੀਂ ਸੀ ਪਤਾ ਵੀ ਕਿਹੜੇ ਆ। ਕਰਦੇ ਕਰਦੇ ਜਦੋਂ ਮਹੀਨਾ ਡੇਢ ਲੱਗ ਗਿਆ, CIA ਦੀ ਟੀਮ ਲੱਗੀ ਸੀ, ਕਿਤੋਂ ਲਿੰਕ ਜੁੜ ਗਿਆ ਇਹਨਾਂ ਦਾ, ਕੋਈ ਐਂਡੀ ਦਾ ਕੰਮ ਕਰਦੇ ਆ ਉੱਥੋਂ ਚੱਲਦੇ ਹੋਏ ਇਹਨਾਂ ਬੰਦਿਆਂ ਤੱਕ ਪਹੁੰਚ ਗਏ। ਵਰਪਾਲ ਪਿੰਡ ਦੇ ਆ ਜੀ 4 ਜਣੇ, ਇੱਕ ਗੁਰਲਾਲ ਹੈਗਾ ਜਿਹੜਾ 3-4 ਸਾਲ ਪਹਿਲੇ ਉੱਥੇ GCB ਚਲਾ ਕੇ ਆਇਆ ਔਰ 3 ਮਹੀਨੇ ਪਹਿਲੇ ਹੀ ਇਹ ਇੰਡੀਆ ਵਾਪਸ ਆਉਂਦਾ। ਇਹਦਾ ਕਜ਼ਨ ਇੱਕ ਜਰਮਨੀ ਹੈਗਾ, ਉਹਦੇ ਰਾਹੀਂ ਇਹ ਕੰਟੈਕਟ 'ਚ ਸੀਗੇ ਜੱਸਲ ਦੇ ਜੱਸਲ ਨਾਲ। ਜੱਸਲ ਦੇ ਇਹਨੇ ਆਪਣੇ ਕਜ਼ਨ ਮਨਿੰਦਰ ਦੇ ਕਹਿਣ 'ਤੇ ਜਿਹੜੀ ਹੈ ਇਹ ਆ ਕੇ ਇੱਥੇ ਗੋਲੀਆਂ ਚਲਾਈਆਂ। ਸਰ ਜਿਹੜਾ ਜੱਸਲ ਉੱਤੇ ਵੀ ਕਈ ਪਰਚੇ ਦਰਜ ਨੇ? ਜੱਸਲ 'ਤੇ ਵੀ ਕਈ ਪਰਚੇ ਦਰਜ ਆ ਜੀ, ਇਸ ਪਰਚੇ 'ਚ ਵੀ ਹੈਗਾ ਜੱਸਲ। ਇਹ ਸਾਰਾ ਸਰ ਇਹ ਗਰੁੱਪ ਜਿਹੜਾ ਲੰਡਾ ਗਰੁੱਪ ਹੀ ਹੈ? ਬਿਲਕੁਲ, ਲੰਡੇ ਦੀ ਆਫ ਉਹਦੇ ਹੀ, ਇਹ ਉਹਨਾਂ ਦੇ ਫੁੱਟ ਸੋਲਜਰ ਸੀਗੇ ਜਿਹੜੇ ਫੜੇ ਆ ਅੱਗੋਂ। ਜੇ ਸਾਰੇ ਆਪਸ 'ਚ ਤਾਂ ਇੰਟਰਕਨੈਕਟਿਡ ਹੈ ਹੀ ਹੈ, ਅਤੇ ਇੱਕ ਦੂਜੇ ਦੇ ਬੰਦਿਆਂ ਨੂੰ ਵੀ ਵਰਤਦੇ ਆ ਜੀ, ਅਤੇ ਉਹਦੇ 'ਚ ਹੀ ਉਹਦੇ ਇਹਨਾਂ ਦੀ ਅਰੈਸਟ ਪਈ ਹੈ। ਤੁਹਾਨੂੰ ਦੱਸ ਦਈਏ ਕਿ ਲਖਬੀਰ ਸਿੰਘ ਲੰਡਾ ਅਤੇ ਸਤਨਾਮ ਸਿੰਘ ਨੂੰ ਸਰਕਾਰ ਵੱਲੋਂ ਅੱਤਵਾਦੀ ਐਲਾਨ ਕੀਤਾ ਗਿਆ ਹੈ। ਲਖਬੀਰ ਸਿੰਘ ਲੰਡਾ ਦੇ NIA ਨੇ 15 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ। ਇਸ 'ਤੇ ਪੰਜਾਬ ਦੇ ਵਿੱਚ ਕਈ ਅਪਰਾਧਿਕ ਮਾਮਲੇ ਜਿਹੜੇ ਨੇ, ਫਿਰੌਤੀ ਕਿਡਨੈਪਿੰਗ ਅਤੇ ਮਰਡਰ ਦੇ ਕਈ ਮਾਮਲੇ ਜਿਹੜੇ ਨੇ ਦਰਜ ਨੇ। ਬਿਊਰੋ ਰਿਪੋਰਟ, ਦੈਨਿਕ ਸਵੇਰਾ TV। देश दुनिया की हर खबर सबसे पहले देखने के लिए फॉलो करें दैनिक सवेरा TV, YouTube, Facebook, Instagram, X और WhatsApp चैनल पर।